आ लो यार, आ ले लो। हाँ जी बापू जी, की नाम है ते केड़ा पिंड है? पिंड लक्ष्मण सिंह मेरा नाम है ते लखे कुताड़ पिंड है कौड़ा सिंह। ए की मसला जेड़ी अग लगी तोड़ी फसल नु? ये अग लगी जी मेरा मुंडे दे नजाय ना रख दिता रंजस भाई रोला सी अगे ते ओंदे भी रखे ही ने वेच नहीं सादा मुंडा ना वीडियो चाहे ना कैमरे चाहे ते उस करके इन्हें सादी कणक अग ला दी थी। की नाम है तुहाडे मुंडे दा? शिंदरपाल सिंह शिंदा। ते उस तो बाद दो कुड़ियां सी के अग लाई है दूवे बंदे मगर खड़िया है। एक लक्ष्मण सिंह कलतार सिंह दा, एक मलकीत सिंह हरबंस सिंह दा, एक शिंदरपाल ते बलवीर सिंह दा, ते एक उन्हूं खुंगर सदन गुरप्रीत सरूप सिंह दा। ये मगर खड़े ने खाग ला दो, असी खड़े हैं जो कोई आ गया तो असी आप संभाल लवेंगे, तो लोड़ ही नहीं। असी मुलाजम मंडी दे कोल आ वेंदे रहन ते परू बस ही सादी बीबियां ते असी मसे आग मुझाई जे ना मुझी दे सारा बारह तेरह किले सारी साड़ जानी है। घरे दर्शन दे मुंडे नूं ते घरे आया तो उत्थे पिछे मंडी गया है। वो तो अगे लड़ाई हो गई ते उन्हें फाइल का लई जांदे आ। असी छड़ा घटाई सी ਉਹਦੇ ਕਰਕੇ ਸਾਡੇ ਝਗੜਾ ਹੋਇਆ ਸੀ ਬਾਹਰ ਸੜਕ 'ਤੇ। ਇਹ ਬੱਖੀ ਪੈ ਕੇ ਸਾਡੇ ਟਰੈਕਟਰ ਦੇ ਨਾਲ ਕਈਆਂ ਹੀ ਮਾਰੀਆਂ। ਫਿਰ ਮੇਰਾ ਦੋ ਤਰ੍ਹਾਂ 'ਤੇ ਮੁੰਡਾ ਲੱਗੇ ਗਲੀ ਤੂੰ ਅਤੇ ਇਹ ਗਾਲ ਪੈ ਗਿਆ ਕਹਿੰਦੇ ਫਿਰ ਆ ਫੌਜੀ ਅਤੇ ਅੱਕੇ। ਉਸ ਕਰਕੇ ਸਾਡੇ ਮੁੰਡੇ ਨੇ ਰੱਖਿਆ, ਇਹਨਾਂ ਦਾ ਤਾਂ ਪੈਲੀ 'ਤੇ ਝਗੜਾ ਆਇਆ। ਇਹਨਾਂ ਦੂਵੇ ਘਰ ਵੇਚੀ ਹੈ ਅਤੇ ਉਹਨਾਂ ਲਈ ਹੈ ਸਾਦਾ, ਨਾ ਪੈਲੀ 'ਚ ਮਸਲਾ ਨਾ ਕਿਸ ਚੀਜ਼, ਸਾਦਾ ਰੌਲਾ ਹੀ ਨਹੀਂ ਆਇਆ। ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ? ਅਸੀਂ ਮੰਗ ਕਰ ਰਹੇ ਹਾਂ ਸਾਨੂੰ ਸਾਹ ਮਿਲੇ ਜੋ ਸਾਡਾ ਨੁਕਸਾਨ ਹੋਇਆ। ਅੱਗੇ ਨਾ ਨਾ ਸਾਡੀ ਕੋਈ ਘਰ ਦੀ ਗੱਲ ਸੁਣੀ ਹੈ, ਨਜਾਇਜ਼ ਮੁੰਡਾ ਹੈ ਅਤੇ ਉਹਨੂੰ ਕੱਢਿਆ ਜਾਵੇ ਅਤੇ ਇਹਨਾਂ ਸਾਡਾ ਘਰ ਵੀ ਲੁੱਟ ਲਿਆ, ਮੋਟਰ ਵਾੜ ਕੇ ਵੇਚ ਸੜ ਦਿੱਤੀ ਮੱਛੀ ਬੋਰ ਦੇ, ਅਤੇ ਉਹ ਤੋਂ ਬਾਅਦ ਸਾਡਾ ਕੀ ਬਣਿਆ ਵੀ ਇਹਨਾਂ ਕਣਕ ਸਾਡੀ ਵੱਡੀ ਤੋਂ ਦਰਖਾਸ਼ ਲਾਈ ਹੈ, ਸਾਡੀ ਸੁਣਾਈ ਕੋਈ ਨਹੀਂ ਹੋਈ। ਹੁਣ ਇਹਨਾਂ ਸਾੜੀ ਹੈ ਦਰਖਾਸ਼ ਲਾਉਣ ਗਿਆ ਤਾਂ ਰੱਖੀ ਕੋਈ ਨਹੀਂ, ਅਤੇ ਜੋ ਸਾਦਾ ਸਾਨੂੰ ਮਿਲਦਾ ਸਾਦਾ ਹੱਕ ਦੇਵਣ ਅਤੇ ਸਾਦਾ ਨੁਕਸਾਨ ਨਾ ਕਰਨ। ਜੇ ਸਾਦਾ ਮੁੰਡਾ ਵਿੱਚ ਹੋਵੇ ਵੀਡੀਓ ਦੇ ਜਾਂ ਕੈਮਰੇ ਦੇ ਤਾਂ ਅਸੀਂ ਗੁਨਾਹਗਾਰ ਹਾਂ। ਹਾਂ, ਅਤੇ ਕੋਈ ਸਾਡੀ ਨਾ ਕਿਸੇ ਸੁਣਾਈ ਕੀਤੀ ਅਤੇ ਨਾ ਕੁਛ। ਬਾਪੂ ਕੀ ਨਾਮ ਹੈ, ਕਿਹੜਾ ਪਿੰਡ? ਮੇਰਾ ਲਕਸ਼ਮਣ ਸਿੰਘ ਕਰਤਾਰ ਸਿੰਘ ਪਿੰਡ ਲੱਖੇ ਕੇ ਉਤਾੜ। ਲੱਖੇ ਕੇ ਉਤਾੜ। ਤੁਹਾਡੇ 'ਤੇ ਇੱਕ ਆਰੋਪ ਆਇਆ ਲਕਸ਼ਮਣ ਸਿੰਘ ਕੋਰੇ ਸਿੰਘ ਦੇ ਵੱਲੋਂ ਵੀ ਉਹਨਾਂ ਦੀ ਕਣਕ ਨੂੰ ਅੱਗ ਲਗਾਈ ਗਈ। ਅਸੀਂ ਜੀ ਕੋਈ ਅੱਗ ਨਹੀਂ ਲਾਈ। ਅਸੀਂ ਜੀ ਉਸ ਵੇਲੇ ਇੱਥੋਂ ਅਸੀਂ 10 ਵਜੇ ਘਰੋਂ ਚੱਲੇ ਹਾਂ ਅਤੇ 11 ਕੁ ਵਜੇ ਅਸੀਂ ਐਸ ਐਚ ਮੈਡਮ ਕੋਲ ਅਸੀਂ ਪਹੁੰਚੇ ਹਾਂ। ਫਿਰ ਅਸੀਂ ਮਿਲੇ ਹਾਂ ਉੱਥੇ, ਉਹਨੂੰ ਅਸੀਂ ਦਰਖਾਸਤ ਦੇਣੀ ਸੀ ਜਿਹੜੀ ਹਾਈ ਕੋਰਟ ਤੋਂ ਆਈ ਸੀ, ਉਹਨੂੰ ਜਾ ਕੇ ਉਹਦੀ ਮੌਜੂਦਗੀ ਦਿੱਤੀ ਹੈ। ਫਿਰ ਗੱਲਾਂ ਵੀ ਕੀਤੀਆਂ ਬਈ ਸੱਟਾਂ ਉਹਨਾਂ ਮਾਰੀਆਂ ਬੁੱਲ ਸਾਨੂੰ, ਅਤੇ ਫਿਰ ਅਸੀਂ ਉੱਥੋਂ ਉੱਥੇ ਵੀ ਕਰ ਬਈ ਮਿਲ ਕੇ ਅਤੇ ਫਿਰ ਆ ਗਏ। ਅਸੀਂ 2:30 ਵਜੇ ਅਸੀਂ ਸੇਮ ਨਾਲੀ 'ਤੇ ਆਏ ਹਾਂ। ਉਹਨਾਂ ਆਖਿਆ ਵੀ ਕਣਕ ਵੱਢਦੇ ਪੈਣ, ਅਸੀਂ ਆਖਿਆ ਕਣਕ ਆਪਾਂ ਨਹੀਂ ਜਾਣਾ ਤੂੰ ਵੱਢਣ ਦਿਓ, ਜੋ ਵੀ ਹੈ ਵੱਢੀ ਜਾਣਾ ਆਪਾਂ ਨਹੀਂ ਜਾਣਾ ਉੱਡੇ। ਅਸੀਂ ਆ ਅਸੀਂ ਨਹਿਰ ਵੀ ਨਹੀਂ ਟੱਪੇ ਬਈ ਨਹਿਰ ਵੀ ਟੱਪ ਜਾਈਏ, ਅਸੀਂ ਘਰੇ ਆ ਕੇ ਘਰੇ ਬਹਿ ਗਏ ਹਾਂ ਚੁੱਪ ਕਰਕੇ, ਕਿਤੇ ਗਏ ਨੇ। ਇੱਕੋ ਕਹਿ ਰਹੇ ਨੇ ਵੀ ਜਿਹੜਾ ਨੌਜਵਾਨ ਦਾ ਕਤਲ ਹੋਇਆ ਉਹਦੇ ਵਿੱਚ ਉਹਨਾਂ ਦੇ ਮੁੰਡੇ ਦਾ ਵਿੱਚ ਐਵੇਂ ਨਾ ਰੱਖਿਆ ਗਿਆ? ਐਵੇਂ ਉਹ ਐਵੇਂ ਨਹੀਂ ਰੱਖਿਆ ਗਿਆ, ਉਹ ਬਿਲਕੁਲ ਦੋਸ਼ੀ ਪੱਕਾ ਦੋਸ਼ੀ ਹੈ। ਇਹਦਾ ਮੁੱਢ ਹੀ ਉਹ ਹੈ ਜੇ ਮੁੱਢ ਮਾਰਨ ਵਾਲੇ ਵੀ ਉਹ ਹੈ, ਹਾਂ ਲੜਕਣ ਮਾਰਨ ਵਾਲੇ ਵੀ ਉਹ ਹੈ। ਮੰਡੀ ਦੇ ਵਿੱਚ ਮਾਰਿਆ, ਛੜੇ ਆ ਮਾਰਿਆ ਅਤੇ ਬਾਹਰ ਇਹ ਕੈਮਰੇ ਤੋਂ ਜਿਹੜਾ ਆਪਣੇ ਤੋਂ ਉਹ ਉੱਥੋਂ ਬਾਹਰ ਖੜਾ ਪਿਛਾਂ, ਅਤੇ ਇਹ ਸ਼ੈਤਾਨੀ ਨਾਲ ਪਿਛਾਂ ਖੜਾ, ਸ਼ੈਤਾਨ ਹੈ, ਬਿਲਕੁਲ ਝੂਠੇ ਜੇ ਸਾਰੇ ਝੂਠੇ ਨੇ ਜੇ।
असं इस गल की कसम देने जो असं इतने बेच गए भी हो जाए तो हाँ ये आप लाइए ये लक्ष्मण के आप लाइए ये नाड़ नू लाइए जरा नाड़ है ना वो वड्डे होया वो आप इन्हें लाइए भी इन्होंने असं को रोप लावे बंदे छड़ाव वास्ते। ਕੀ ਨਾਮ ਹੈ ਤੁਹਾਡਾ ਜੀ? ਗੁਰਨਾਮ ਸਿੰਘ। ਲੱਖੇ ਕਟਾਰ ਤੋਂ? ਲੱਖੇ ਕਟਾਰ। ਕਿਹੜੇ ਲਛਮਣ ਸਿੰਘ ਕਰਤਾਰ ਸਿੰਘ ਤੇ ਰੋਪ ਨੇ ਵੀ ਇੱਕ ਦੇਰ ਵੱਲੋਂ ਲਗਾਏ ਗਏ ਨੇ ਕਣਕ ਸਾੜਨ ਦੇ? ਨਹੀਂ ਜੀ ਅਸੀਂ ਦੋਨੇ ਮੈਡਮ ਕੋਲ ਸੀਗੇ ਜੀ 11 ਵਜੇ ਦਾ ਟਾਈਮ ਹੈ ਮੈਡਮ ਕੋਲ ਹੋ ਕੇ ਹਾਈ ਕੋਰਟ ਦੀ ਦਰਖਾਸਤ ਉੱਥੇ ਦੇ ਕੇ ਆਏ ਹਾਂ ਜੀ 2:30 ਵਜੇ ਅਸੀਂ ਨਰਸੀ ਆ ਗਿਆ ਆਪ ਸੇਮ ਨਾਲੀ ਕੋਲ ਅੱਛਾ ਉਸ ਤੋਂ ਬਾਅਦ ਅਸੀਂ ਘਰੇ ਆ ਕੇ ਬਹਿ ਗਏ। ਇਹ ਜਿਹੜੇ ਰੋਪ ਲਗਾਏ ਜਾ ਰਹੇ ਨੇ ਕਣਕ ਦੇ ਇਹ ਝੂਠੇ ਇਲਜ਼ਾਮ ਲਾ ਰਹੇ ਨੇ ਇਹ ਆਪਣੀ ਕਣਕ ਜਿਹੜੀ ਉੱਤੋਂ ਬੁਰਛ ਕੇ ਪਹਿਲਾਂ ਵੱਢ ਕੇ ਪਿੱਛੋਂ ਆ ਗਿਆ ਨਾਪ ਲਾਈ। ਮੇਰਾ ਨਾਮ ਮਲਕੀਤ ਸਿੰਘ ਅਤੇ ਸਨਬ ਰਬਨ ਸਿੰਘ ਅਤੇ ਲਛਮਣ ਸਿੰਘ ਕੌਰ ਸਿੰਘ ਵੱਲੋਂ ਰੋਪ ਲਾਏ ਗਏ ਨੇ ਵੀ ਉਹਨਾਂ ਦੀ ਕਣਕ ਨੂੰ ਤੁਸੀਂ ਅੱਗ ਲਗਾਈ ਹੈ। ਲਛਮਣ ਸਿੰਘ ਦਾ ਮੁੰਡਾ ਜਿਹੜਾ ਹੈਗਾ ਛਿੰਦਰਪਾਲ ਛਿੰਦੂ ਉਹ ਬਕਾਇਦ ਮੌਜੂਦਾ ਕਤਲ ਦੇ ਵਿੱਚ ਹੈਗਾ ਕਤਲ ਹੀ ਛਿੰਦੂ ਜੇ ਲਛਮਣ ਸਿੰਘ ਦਾ ਮੁੰਡਾ ਜਿਹੜਾ ਛਿੰਦਰਪਾਲ ਛਿੰਦੂ ਕਤਲ ਹੀ ਉਹਨੇ ਕਰਵਾਇਆ ਹੈ ਮੇਨ ਮੁਜਰਮ ਸਾਡਾ ਉਹ ਹੀ ਹੈ ਅਤੇ ਇਹ ਅੱਗ ਦਾ ਲੱਗਣ ਕਾਰਨ ਇਹ ਹੈਗਾ ਵੀ ਅੱਗ ਅਸੀਂ ਨਹੀਂ ਲਾਈ ਪੁਲਿਸ ਮੌਜੂਦਾ ਉੱਥੇ ਸੀਗੀ ਜਦੋਂ ਅੱਗ ਲੱਗੀ ਗਈ ਹੈ ਅਸੀਂ ਸਾਰੇ ਪਰਿਵਾਰ ਸਾਡਾ ਬਲਾਸਰਾ ਪਰਿਵਾਰ ਜੋ ਵੀ ਹੈਗਾ ਸਾਡਾ ਘਰੇ ਬੈਠਾ ਸੀਗਾ ਉਸ ਟਾਈਮ ਸਾਡੇ ਕੋਲ ਬਕਾਇਦਾ ਮੂਵੀ ਹੈਗੀ ਹੈ ਉਸ ਟਾਈਮ ਪੁਲਿਸ ਨਾਲ ਸਾਡੀ ਗੱਲਬਾਤ ਹੁੰਦੀ ਰਹੀ ਹੈ ਵੀ ਅਸੀਂ ਬਕਾਇਦਾ ਅਸੀਂ ਆਪਦੇ ਘਰੇ ਬੈਠੇ ਹਾਂ। ਇੱਕ ਜਿਵੇਂ ਗੁਰਪ੍ਰੀਤ ਖੁੰਗਰ ਮੁੰਡਾ ਹੈਗਾ ਉਹ ਇਹ ਗੁਰਪ੍ਰੀਤ ਜਿਹੜਾ ਗੁਰਪ੍ਰੀਤ ਹੈਗਾ ਸਰੂਪ ਸਿੰਘ ਇਹ ਆਪਦੇ ਘਰੇ ਬੈਠਾ ਹੈ ਲਛਮਣ ਸਿੰਘ ਆਪਦੇ ਘਰੇ ਬੈਠਾ ਜੀ ਬਾਕੀ ਜਿਹੜਾ ਮੇਰਾ ਵਲਾਸਰਾ ਪਰਿਵਾਰ ਹੈ ਅਸੀਂ ਆਪਦੇ ਘਰੇ ਬੈਠੇ ਹਾਂ ਜੀ। ਮੇਨ ਮਕਸਦ ਹੈ ਜੀ ਉਹ ਆਪਦੇ ਉਹ ਲਛਮਣ ਸਿੰਘ ਉਰਫ ਸਿੰਧੂ ਉਹਨਾਂ ਨੂੰ ਗਡਾਉਣ ਦੀ ਕੋਸ਼ਿਸ਼ 'ਚ ਲੱਗੇ ਹਨ ਪਰ ਉਹ ਨਹੀਂ ਹੋ ਸਕਦਾ ਉਹਨੂੰ ਨਹੀਂ ਅਸੀਂ ਨਿਕਲਣ ਦੇਣਾ ਜਿੱਥੇ ਮਰਜ਼ੀ ਸਾਨੂੰ ਧਰਨਾ ਤੱਕ ਲਾਉਣਾ ਪਵੇ ਧਰਨਾ ਵੀ ਲਾਵਾਂਗੇ ਬਕਾਇਦਾ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਕਣਕ ਵੱਢੀ ਗਈ ਹੈ ਪੁਲਿਸ ਦੀ ਮੌਜੂਦਗੀ ਵਿੱਚ ਅੱਗ ਲੱਗੀ ਗਈ ਹੈ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ। ਉਹ ਕਹਿ ਰਹੇ ਨੇ ਵੀ ਉਹਨਾਂ ਦੇ ਮੁੰਡੇ ਨੂੰ ਨਜਾਇਜ਼ ਫਸਾਇਆ ਜਾ ਰਿਹਾ? ਕੋਈ ਨਜਾਇਜ਼ ਨਹੀਂ ਫਸਾਇਆ ਜਾ ਰਿਹਾ ਕਿਉਂਕਿ ਜਦੋਂ ਇਹ ਪੈਲੀ ਦਾ ਰੋਲਾ ਚੱਲਦਾ ਪਿਆ ਸੀਗਾ ਪੈਲੀ ਦੇ ਵਿੱਚ ਸਿੰਧੂ ਪੈਲੀ ਦਿਵਾਉਣ ਵਾਲਾ ਸਿੰਧੂ ਸੀਗਾ ਅਤੇ ਕਤਲ ਕਰਵਾਉਣ ਦੇ ਵਿੱਚ ਵੀ ਸਿੰਧੂ ਦਾ ਹੱਥ ਪੂਰਾ ਹੈ ਜੀ ਕਿਉਂਕਿ ਰਾਜੀਨਾਮਾ ਹੋਣ ਲੱਗਿਆ ਹੈਗਾ ਸਿੰਧੂ ਉੱਥੇ ਨਾਨੂ ਬਕਾਇਦਾ ਦਾਰੂ ਪਵਾ ਕੇ ਨਸ਼ਾ ਖਵਾ ਕੇ ਨਾਨੂ ਦਾ ਲਾਧੂ ਕਾ ਮੰਡੀ ਲੈ ਗਿਆ ਚੌਂਕ ਵਿੱਚ ਉੱਥੇ ਨਾ ਉਹਦਾ ਕਤਲ ਕਰਤਾ ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈ ਬਕਾਇਦਾ ਸਾਡੀ ਮੂਵੀ ਬਣੀ ਹੈ ਅਸੀਂ ਉਸ ਟਾਈਮ ਜਿਸ ਟਾਈਮ ਅੱਗ ਲੱਗੀ ਉਸ ਟਾਈਮ ਅਸੀਂ ਮੌਜੂਦਾ ਸੀ ਆਪਦੇ ਘਰੇ ਬੈਠੇ ਹਾਂ ਠੀਕ ਹੈ। ਜਿਹੜਾ ਆਪਣੇ ਇਹਨਾਂ ਦਾ ਇੱਕ ਇੱਥੋਂ ਆਪਣੇ ਟਾਹਲੀ ਵਾਲੇ ਦਾ ਬਣਜਾ ਅਤੇ ਇੱਕ ਸੱਤੀ ਇਹਨਾਂ ਦਾ ਮੁੰਡਾ ਅਤੇ ਇੱਕ ਇੱਧਰ ਫਿਰੋਜ਼ਪੁਰ ਦਾ ਕੋਈ ਇਹਨਾਂ ਦਾ ਰਿਸ਼ਤੇਦਾਰ ਹੈ ਇਹ ਬਕਾਇਦਾ ਦੋ ਉਸ ਟਾਈਮ ਉੱਥੇ ਮੋਟਰ 'ਤੇ ਬੈਠੇ ਸੀਗੇ ਜਦੋਂ ਅੱਗ ਲੱਗੀ ਹੈ ਉਹ ਮੋਟਰ 'ਤੇ ਬੈਠੇ ਸੀਗੇ ਉੱਥੋਂ ਅੱਗ ਲੱਗੀ ਤਾਂ ਉਹ ਪਰੇ ਗਾਇ ਚੱਲੇ। ਅੱਛਾ ਜੀ। ਹਾਂਜੀ ਉਸ ਟਾਈਮ ਅਸੀਂ ਘਰੇ ਸੀਗੇ।